ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਵਰਾਜ ਸਿੰਘ, ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦੇ ਨਾਲ। ਤਸਵੀਰਾਂ ਇਸ ਵਕਤ ਫੱਗੂ ਦੇ ਗੁਰਦੁਆਰਾ ਸਾਹਿਬ ਦੀਆਂ ਵਿਖਾ ਰਹੇ ਹਾਂ, ਜਿੱਥੇ ਕਿ ਅੱਜ ਜੋ ਲਗਾਤਾਰ ਪਿਛਲੇ ਟਾਈਮ ਤੋਂ ਇੱਕ ਲੰਬਾ ਵਿਵਾਦ ਚੱਲਦਾ ਆ ਰਿਹਾ ਸੀ ਗੁਰਦੁਆਰਾ ਦੇਸੂ ਸ਼ਹੀਦਾਂ ਨੂੰ ਲੈ ਕੇ ਅਤੇ ਜਿਹੜੇ ਫੱਗੂ ਦੇ ਕੁਝ ਨੌਜਵਾਨ ਆ ਉਹਨਾਂ ਦੇ ਵਿਚਕਾਰ, ਸੋ ਇੱਕ ਮਤਾ ਪਾਇਆ ਗਿਆ ਸੀ ਕਿ 15 ਸਤੰਬਰ ਵਾਲੇ ਦਿਨ ਹੈ ਇਹ ਜਿਹੜਾ ਗੁਰਦੁਆਰਾ ਦੇਸੂ ਸ਼ਹੀਦਾਂ ਉਸ ਨੂੰ ਸੇਵਾ ਮੁਕਤ ਕਰਵਾਇਆ ਜਾਊਗਾ, ਉਸ ਦੇ ਤਹਿਤ ਇੱਕ ਭਾਰੀ ਇਕੱਠ ਰੱਖਿਆ ਗਿਆ ਹੈ। ਸੋ ਗੁਰਦੁਆਰਾ ਦੇਸੂ ਸ਼ਹੀਦਾਂ ਨੂੰ ਚਾਲੇ ਪਾਉਣ ਤੋਂ ਪਹਿਲਾਂ ਇੱਕ 25 ਮੈਂਬਰੀ ਜਿਹੜੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। 25 ਮੈਂਬਰੀ ਕਮੇਟੀ ਹੈ ਜਿਹੜੀ ਪਹਿਲਾਂ ਜਾ ਕੇ ਗੁਰਦੁਆਰਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲਬਾਤ ਕਰੂਗੀ, ਉਹਨਾਂ ਮੂਹਰੇ ਇੱਕ ਪ੍ਰਸਤਾਵ ਰੱਖਿਆ ਜਾਊਗਾ ਕਿ ਇਹ ਗੁਰਦੁਆਰਾ ਜਿਹੜਾ ਇਸ ਨੂੰ ਤੁਹਾਡੇ ਵੱਲੋਂ ਸੇਵਾ ਮੁਕਤ ਕੀਤਾ ਜਾਵੇ ਅਤੇ ਤੁਸੀਂ ਇਸ ਗੁਰਦੁਆਰੇ ਤੋਂ ਬਾਹਰ ਚਲੇ ਜਾਓ। ਜੇਕਰ ਉਹ ਇਸ ਦੇ ਉੱਪਰ ਆਪਦੀ ਸਹਿਮਤੀ ਹੈ ਜਿਹੜੀ ਨਹੀਂ ਪ੍ਰਗਟ ਕਰਦੇ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾਊਗੀ। ਸੋ 25 ਮੈਂਬਰੀ ਹੈ ਜਿਹੜੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਉਸ ਤੋਂ ਹੁਣ ਅਗਰ ਤੁਹਾਨੂੰ ਤਸਵੀਰਾਂ ਵਿਖਾਈਏ ਤਾਂ ਦਰਬਾਰ ਸਾਹਿਬ ਦੇ ਅੰਦਰ ਇੱਕ ਅਰਦਾਸ ਬੇਨਤੀ ਚੱਲ ਰਹੀ ਹੈ। ਅਰਦਾਸ ਬੇਨਤੀ ਕਰਨ ਤੋਂ ਬਾਅਦ ਹੀ ਜਿਹੜੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਉਹ ਦੇਸੂ ਸ਼ਹੀਦਾਂ ਦੇ ਵੱਲ ਨੂੰ ਚਾਲੇ ਪਾਉਣਗੀਆਂ। ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿੱਥੇ ਫੱਗੂ ਦੇ ਲੋਕ ਇੱਥੇ ਇਕੱਠੇ ਹੋਏ ਨੇ ਉੱਥੇ ਇਲਾਕੇ ਦੇ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ, ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਪਿੰਡ ਫੱਗੂ ਦੇ ਲੋਕਾਂ ਦਾ ਸਾਥ ਦੇਣ ਦੇ ਲਈ। ਸੋ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਪਿੰਡ ਫੱਗੂ ਦੀਆਂ। ਜਿਵੇਂ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਦੇਸੂ ਵਰਸ ਫੱਗੂ ਦਾ ਜੋ ਮਾਮਲਾ ਸੀ ਉਸ ਦੀਆਂ ਤਸਵੀਰਾਂ ਦਿਖਾ ਰਹੇ ਸੀ। ਇੱਕ 25 ਮੈਂਬਰੀ ਜਿਹੜੀ ਮੈਂਬਰੀ ਕਮੇਟੀ ਸੀ ਉਹ ਬਣ ਕੇ ਦੇਸੂ ਸ਼ਹੀਦਾਂ ਵਿਖੇ ਪਹੁੰਚੀ ਸੀ ਵੀ ਦੇਸੂ ਸ਼ਹੀਦਾਂ ਵਿੱਚ ਜਾ ਕੇ ਇੱਕ ਫੈਸਲਾ ਲਿਆ ਜਾਊਗਾ, ਪਰ ਉਹ ਜਿਹੜੀ 25 ਮੈਂਬਰੀ ਕਮੇਟੀ ਦੀ ਮੀਟਿੰਗ ਲਗਾਤਾਰ ਕਾਫੀ ਟਾਈਮ ਤੋਂ ਚੱਲ ਰਹੀ ਸੀ ਉਹ ਕਮੇਟੀ ਬੇਸਿੱਟਾ ਨਿਕਲ ਰਹੀ ਹੈ, ਕੋਈ ਉਸ ਦੇ ਵਿੱਚ ਜਿਹੜਾ ਮੁੱਦਾ ਹੱਲ ਨਹੀਂ ਹੋਇਆ, ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ। ਇਹੀ 25 ਮੈਂਬਰੀ ਕਮੇਟੀ ਇਸ ਤੋਂ ਨਿਕਲ ਕੇ ਹੁਣ ਦੁਬਾਰਾ ਫਿਰ ਫੱਗੂ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ, ਜਿਹੜੀ ਸੰਗਤ ਸਵੇਰ ਤੋਂ ਉੱਥੇ ਦੀ ਇਕੱਠੀ ਹੋਈ ਹੈ। ਫੈਸਲਾ ਲਿਆ ਗਿਆ ਸੀ ਕਿ 15 ਤਰੀਕ ਦਿਨ ਵਾਲੇ ਦੇਸੂ ਸ਼ਹੀਦਾਂ ਗੁਰਦੁਆਰਿਆਂ ਨੂੰ ਸੇਵਾ ਮੁਕਤ ਕਰਵਾਇਆ ਜਾਊਗਾ, ਉਸ ਦੇ ਤਹਿਤ ਅੱਜ ਸਵੇਰ ਦੀਆਂ ਜਿਹੜੀਆਂ ਅਪਡੇਟਸ ਅਸੀਂ ਤੁਹਾਨੂੰ ਦੇ ਰਹੇ ਹਾਂ। ਸੋ 25 ਮੈਂਬਰੀ ਕਮੇਟੀ ਜਿਹੜੀ ਫੱਗੂ ਤੋਂ ਚੱਲ ਕੇ ਗੁਰਦੁਆਰਾ ਦੇਸੂ ਸ਼ਹੀਦਾਂ ਵਿਖੇ ਪਹੁੰਚੀ ਸੀ, ਮੀਟਿੰਗ ਕਾਫੀ ਦੇਰ ਚੱਲੀ ਪਰ ਬੇਸਿੱਟਾ ਮੀਟਿੰਗ ਨਿਕਲੀ ਹੈ, ਕੋਈ ਵੀ ਇਸ ਦੇ ਵਿੱਚ ਹੱਲ ਨਹੀਂ ਨਿਕਲ ਸਕਿਆ। ਹੁਣ ਇਹੀ ਜਿਹੜੇ ਮੈਂਬਰ ਕਮੇਟੀ ਦੇ ਆਏ ਸੀ ਇਹ ਦੁਬਾਰਾ ਫਿਰ ਫੱਗੂ ਜਾ ਰਹੇ ਨੇ, ਉੱਥੇ ਜਿਹੜੀ ਸੰਗਤ ਇਹਨਾਂ ਦਾ ਇੰਤਜ਼ਾਰ ਕਰ ਰਹੀ ਹੈ, ਉੱਥੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਊਗਾ, ਅੱਗੇ ਦਾ ਕੀ ਫੈਸਲਾ, ਕੀ ਰਣਨੀਤੀ ਤਿਆਰ ਕਰਨੀ ਹੈ, ਉਸ ਦੇ ਤਹਿਤ ਇਹ ਸੰਗਤਾਂ ਜਿਹੜੀਆਂ ਹੁਣ ਇੱਥੋਂ ਫੱਗੂ ਦੇ ਵੱਲ ਦੁਬਾਰੇ ਚਾਲਾ ਪਾ ਰਹੀਆਂ ਨੇ।